5 ਅਗਸਤ ਨੂੰ ਭਾਰਤ ਵੱਲੋਂ ਭਾਰਤ ਸ਼ਾਸਿਤ ਜੰਮੂ ਕਸ਼ਮੀਰ ਦਾ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਹਟਾਉਣ ਤੋਂ ਬਾਅਦ ਲਗਾਤਾਰ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹਾਲਾਤ ਨੋਰਮਲ ਨੇ। ਹੁਣ ਪ੍ਰਸ਼ਾਸਨ ਲਗਾਤਾਰ ਇਹ ਕਹਿ ਰਿਹਾ ਹੈ ਕਿ ਹਾਲਾਤ ਨੂੰ ਲੌਂਗ ਟਰਮ ਵਿੱਚ ਵੀ ਸੁਖਾਵਾਂ ਬਣਾਇਆ ਜਾਵੇਗਾ। ਕੇਂਦਰ ਸਰਕਾਰ ਤੋਂ ਲੈ ਕੇ ਪੁਲਿਸ ਤੱਕ ਹਰ ਕੋਈ ਕੁਝ ਨਾ ਕੁਝ ਕਹਿ ਰਿਹਾ ਹੈ ਤੇ ਸਭ ਦੇ ਵਿੱਚੋਂ ਇੱਕ 3 ਨੁਕਾਤੀ ਫਾਰਮੂਲਾ ਨਜ਼ਰ ਆ ਰਿਹਾ ਹੈ। ਫਾਰਮੂਲੇ ਦਾ ਪਹਿਲਾ ਪੁਆਇੰਟ ਹੈ ਕਿ ਬਹੁਤ ਸਾਰੀ ਗਿਣਤੀ ਵਿੱਚ ਕਸ਼ਮੀਰੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਹਾਲਾਂਕਿ ਇਹ ਨੌਕਰੀਆਂ ਜ਼ਿਆਦਾਤਰ ਫੌਜ ਦੇ ਵਿੱਚ ਹੋਣਗੀਆਂ ਜਾਂ ਫਿਰ ਉਸਦੇ ਨਾਲ ਜੁੜੇ ਪੈਰਾਮਿਲਟਰੀ ਆਊਟਫਿਟਸ ਵਿੱਚ ਜਿਵੇਂ ਕਿ CRPF, BSF। ਗਵਰਨਰ ਸਤਪਾਲ ਮਲਿਕ ਇਹ ਕਹਿ ਚੁੱਕੇ ਨੇ ਕਿ ਅਗਲੇ 3 ਮਹੀਨਿਆਂ 'ਚ 50,000 ਕਸ਼ਮੀਰੀ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। 2 ਨਵੇਂ ਹਸਪਤਾਲ, 5 ਨਵੇਂ ਮੈਡੀਕਲ ਕਾਲਜ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ ਹੈ। ਦੂਜਾ ਨੁਕਤਾ ਹੈ ਬਿਜਲੀ ਦਾ, ਪਾਵਰ ਦਾ। ਪਾਵਰ ਲਾਈਨ ਸਰਦੀਆਂ ਵਿੱਚ ਕਸ਼ਮੀਰ 'ਚ ਕੁਝ ਖਰਾਬ ਹੋ ਜਾਂਦੀਆਂ ਨੇ ਤੇ ਨਾਲੇ ਉਤਪਾਦਨ 'ਤੇ ਵੀ ਅਸਰ ਪੈਂਦਾ ਹੈ। ਇਸ ਸਿਚੁਏਸ਼ਨ ਨੂੰ ਸੁਧਾਰਨ ਲਈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪਾਵਰ ਮਿਨਿਸਟਰੀ 10,000 ਕਰੋੜ ਦੇ ਫਾਸਟ ਟਰੈਕ ਪ੍ਰੋਜੈਕਟਸ ਲਗਾਏਗੀ ਤੇ ਨਾਲ ਹੀ ਦਾਅਵਾ ਹੈ ਕਿ ਕਸ਼ਮੀਰ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਹੈ ਕਿ 1.5 ਮਹੀਨੇ 'ਚ 24 ਕੱਟੜਪੰਥੀ ਅਸੀਂ ਗ੍ਰਿਫਤਾਰ ਕੀਤੇ ਨੇ। ਇਹ ਕੱਟੜਪੰਥੀ ਉਹਨਾਂ ਦੇ ਮੁਤਾਬਕ ਲੋਕਾਂ ਨੂੰ ਡਰਾਉਂਦੇ ਸੀ ਕਿ ਉਹ ਸ਼ਟਰ ਡਾਊਨ ਰੱਖਣ। ਹਾਲਾਂਕਿ ਸਥਾਨਕ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਸਾਰੇ ਲੋਕਾਂ ਨੂੰ, ਬਾਲਗਾਂ ਨੂੰ ਤੇ ਨਾਬਾਲਗਾਂ ਨੂੰ ਵੀ ਕਾਨੂੰਨੀ ਤੇ ਗੈਰ ਕਾਨੂੰਨੀ ਤੌਰ ਤੇ ਜੇਲ੍ਹ ਵਿੱਚ ਡੱਕਿਆ ਗਿਆ ਹੈ। ਭਾਰਤ ਸਰਕਾਰ ਦੇ ਦਾਅਵਿਆਂ ਵਿਚਾਲੇ ਇਸ 3 ਨੁਕਾਤੀ ਫਾਰਮੂਲੇ ਤੇ ਇਕੱਠਾ ਹੀ ਕੰਮ ਚੱਲ ਰਿਹਾ ਹੈ। ਪ੍ਰਸ਼ਾਸਨ ਨੂੰ ਇਹ ਉਮੀਦ ਹੈ ਕਿ ਉਹਨਾਂ ਮੁਤਾਬਕ ਸਾਰੀ ਸਿਚੁਏਸ਼ਨ ਪਟੜੀ ਤੇ ਆ ਜਾਵੇਗੀ। ਹਾਲਾਂਕਿ ਕਈ ਲੋਕ ਇਹ ਵੀ ਪੁੱਛ ਰਹੇ ਨੇ ਕਿ ਇਹ ਪ੍ਰੋਜੈਕਟ ਪਹਿਲਾਂ ਵੀ ਤਾਂ ਲਗਾਏ ਜਾ ਸਕਦੇ ਸੀ, ਇਹਦਾ ਆਰਟੀਕਲ 370 ਨਾਲ ਕਿੰਨਾ ਕੁ ਸਿੱਧਾ ਕਨੈਕਸ਼ਨ ਹੈ। ਇਸ ਬਾਰੇ ਬਹੁਤ ਸਾਰੇ ਬਿਆਨ ਆ ਰਹੇ ਨੇ ਕਿ ਭਾਰਤ ਪਾਕਿਸਤਾਨ ਸ਼ਾਸਿਤ ਕਸ਼ਮੀਰ ਨੂੰ ਵੀ ਹਾਸਲ ਕਰ ਲਵੇਗਾ। ਇਹਨਾਂ ਬਿਆਨਾਂ ਉੱਤੇ ਟਿੱਪਣੀਆਂ ਦੀ ਵੀ ਕਮੀ ਹੈ ਕਿਉਂਕਿ ਕਸ਼ਮੀਰ ਦੀ ਸਾਰੀ ਪੋਲੀਟੀਕਲ ਲੀਡਰਸ਼ਿਪ ਜੇਲ੍ਹ ਵਿੱਚ ਡੱਕੀ ਗਈ ਹੈ। ਹਾਂ, ਇੱਕ ਠੋਸ ਟਿੱਪਣੀ ਰਾਜਪਾਲ ਸਤਪਾਲ ਮਲਿਕ ਨੇ ਜ਼ਰੂਰ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸੇ ਤਾਕਤ ਜਾਂ ਫੌਜੀ ਸ਼ਕਤੀ ਰਾਹੀਂ ਪਾਕਿਸਤਾਨ ਸ਼ਾਸਿਤ ਕਸ਼ਮੀਰ ਨੂੰ ਹਾਸਲ ਕਰਨ ਦੀ ਬਜਾਏ ਬਿਹਤਰ ਇਹ ਹੋਵੇਗਾ ਕਿ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਇੰਨਾ ਵਿਕਾਸ ਕਰ ਦੇਵੇ ਕਿ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਲੋਕ ਵੀ ਭਾਰਤ ਵਿੱਚ ਰਲਣ ਲਈ ਤਿਆਰ ਹੋ ਜਾਣ। ਇੱਕ ਪਾਸੇ ਕੇਂਦਰੀ ਮੰਤਰੀ ਇਹ ਬਿਆਨ ਦੇ ਰਹੇ ਨੇ ਕਿ ਫੌਜੀ ਤਾਕਤ ਭਾਰਤ ਕੋਲ ਬਹੁਤ ਹੈ, ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਰਹੇ ਨੇ ਕਿ ਕਸ਼ਮੀਰੀਆਂ ਨੂੰ ਗਲੇ ਲਗਾਓ, ਅਸੀਂ ਕਸ਼ਮੀਰ ਨੂੰ ਸਵਰਗ ਬਣਾਵਾਂਗੇ। ਫਿਲਹਾਲ ਤਾਲਾਬੰਦੀ ਜਾਰੀ ਹੈ ਤੇ ਇਸ ਸਵਰਗ ਦੇ ਲੋਕ ਇਹ ਪੁੱਛ ਰਹੇ ਨੇ ਕਿ ਪਾਬੰਦੀਆਂ ਹੇਠਾਂ ਜੀਣਾ ਕਿ ਨਰਕ ਨਹੀਂ। ਕਈ ਲੋਕਾਂ ਵੱਲੋਂ ਇੱਕ ਸਵਾਲ ਹੋਰ ਵੀ ਪੁੱਛਿਆ ਜਾ ਰਿਹਾ ਹੈ ਕਿ ਇਹ ਸਭ ਵਿਕਾਸ ਦੇ ਮਾਣੇ ਕੀ। ਇਹ ਰਿਪੋਰਟ ਸ਼੍ਰੀਨਗਰ ਤੋਂ BBC ਪੱਤਰਕਾਰ ਰਿਆਜ਼ ਮਸਰੂਰ ਤੇ ਸ਼ਕੀਲ ਅਖਤਰ ਦੀ ਗੱਲਬਾਤ ਤੇ ਆਧਾਰਿਤ ਸੀ। ਅਜਿਹੇ ਹੋਰ ਵੀਡੀਓ ਕਸ਼ਮੀਰ ਬਾਰੇ ਤੇ ਹੋਰ ਵੀ ਵੱਡੇ ਮੁੱਦਿਆਂ ਬਾਰੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਲਗਾਤਾਰ ਵੇਖ ਸਕਦੇ ਹੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਤੇ ਵੀ BBC ਨਿਊਜ਼ ਪੰਜਾਬੀ ਨੂੰ ਫੋਲੋ ਜ਼ਰੂਰ ਕਰੋ। ਨਾਲ ਹੀ ਸਾਡੀ ਵੈਬਸਾਈਟ bbc.com/punjabi ਤੇ ਜ਼ਰੂਰ ਆਓ। ਧੰਨਵਾਦ।